ਗੱਲ ਜੀ ਤੁਹਾਡਾ ਸਭ ਦਾ ਸਵਾਗਤ ਹੈ ਪੰਜਾਬੀ ਵਲੌਗ ਦੇ ਅਨਾਉਂਸ ਤੇ ਅਸੀਂ ਇੱਕ ਹੋਰ ਯਾਰ ਦੋਸਤ ਆਪਣਾ ਅਮੀ ਬਰਾੜ ਉਹਦੀ ਜਾਗੋ ਤੇ ਚੱਲੇ ਆ ਤੇ ਕੱਲ ਉਹਦਾ ਵਿਆਹ ਹੈ ਅੱਜ ਜਾਗੋ ਦਾ ਫੰਕਸ਼ਨ ਹੈ ਉਹਦੇ ਘਰੇ ਪਿੰਡ ਹੈਗਾ ਫੁੱਲੇਵਾਲ ਹੀ ਆ ਫੁੱਲੇਵਾਲ ਮੁਕਤਸਰ ਰੋਡ ਬੋਰ ਤੇ ਅੱਜ ਜਾ ਕੇ ਦਿਖਾਉਂਦੇ ਆ ਤੁਹਾਨੂੰ ਬੰਦੇ ਸਾਡੇ ਨਾਲ ਪੁਰਾਣੇ ਹੀ ਆ ਮੈਕ ਸਿੰਘ ਬਰਾੜ ਤੇ ਭੀੜੀ ਵਾਲਾ ਤੇ ਮੁਲਤਾਨੀ ਜੀ ਥੋੜੇ ਲੁਕੇ ਹੋਏ ਆ ਥੋੜਾ ਜਿਹਾ ਕੈਮਰੇ ਤੋਂ ਸੰਗਦੇ ਆ ਤੇ ਬਾਕੀ ਪਰ ਹੁਣ ਅਸੀਂ ਮੈਂ ਕਰ ਲਿਆ ਆਪਦੇ ਨਾਲ ਸੰਗ ਚੋਂ ਬਾਹਰ ਤੇ ਬਾਕੀ ਉੱਥੇ ਆ ਕੇ ਦਿਖਾਉਂਦੇ ਹਾਂ ਤੁਹਾਨੂੰ ਅੱਜ ਦਾ ਫੰਕਸ਼ਨ ਕਿਵੇਂ ਰਿਹਾ ਕਿਵੇਂ ਆ ਸਾਰਾ ਕੁਛ A few minutes later. ਹਾਂਜੀ ਤੇ ਫਾਈਨਲੀ ਅੰਮੀ ਦੇ ਜਾਗੋ ਪਾਰਟੀ ਤੋਂ ਬਾਅਦ ਹੁਣ ਅਸੀਂ ਚੱਲੇ ਆ ਘਰਾਂ ਨੂੰ ਤੇ ਮੈਕ ਸਿੰਘ ਬਰਾੜ ਇੱਥੇ ਬੈਠੇ ਆ ਤੇ ਆਲਰੇਡੀ ਹੁਣ ਸਾਰੇ ਜਾਣੇ ਸੈੱਟ ਆ ਇੱਧਰ ਚੀਮਾ ਜੀ ਸਾਡੇ ਭਰਾ ਆ ਬਾਈ ਚੀਮਾ ਨੈਕਸਟ ਲੈਵਲ ਆ ਬਾਈ ਚੀਮਾ ਚੀਮਾ ਮੇਰੇ ਭਰਾਵਾਂ ਤੋਂ ਵੱਧ ਗਿਆ ਚੀਮਾ ਤੇ ਅੰਮੀ ਆ ਇੱਧਰ ਮੈਕ ਸਿੰਘ ਆ ਇਹ ਵੀ ਭਰਾਵਾਂ ਤੋਂ ਵੱਧ ਗਿਆ ਮਤਲਬ ਮੈਂ ਕਿਸੇ ਨਾਲ ਉਹ ਨਹੀਂ ਕੀਤਾ ਹੈਗਾ ਆਪਣੇ ਵਾਲ ਉੱਡ ਗਏ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਤੇ ਹੁਣ ਆਪਾਂ ਘਰੇ ਚੱਲੇ ਆ ਕੱਲ ਸਵੇਰੇ ਅੰਮੀ ਦੇ ਵਿਆਹ ਤੇ ਸਵੇਰੇ ਮਿਲਾਂਗੇ ਤੁਹਾਨੂੰ ਸਾਰੇ ਜਾਣਿਆਂ ਨਾਲ ਜੀ ਤੇ ਫਾਈਨਲੀ ਬੜੀ ਲੇਟ ਤਿਆਰ ਹੋਣ ਤੋਂ ਬਾਅਦ ਅਸੀਂ ਚੱਲੇ ਹਾਂ ਅੰਮੀ ਦੇ ਵਿਆਹ ਤੇ ਆਲਮੋਸਟ 1:30-2 ਹੀ ਵਜਾ ਦਿੱਤੇ ਹੁਣ ਤਾਂ ਇਹਨਾਂ ਨੇ ਵਿਆਹ ਮੈਨੂੰ ਲੱਗਦਾ ਅਗਲਿਆਂ ਨੇ ਉੱਥੇ ਡੋਲੀ ਵਿਦਾ ਕਰਨ ਦਾ ਟਾਈਮ ਹੋ ਜਾਣਾ ਜਦੋਂ ਤੱਕ ਅਸੀਂ ਪਹੁੰਚਣਾ ਅਜੇ ਤਾਂ ਮੁੰਡੇ ਕਹਿੰਦੇ ਸੀ ਵਾਲ ਵੀ ਸੈੱਟ ਕਰਾਉਣੇ ਆ ਚਲੋ ਦਿਖਾਉਂਦੇ ਹਾਂ ਫਿਰ ਅੱਗੇ ਕਿਵੇਂ ਦਾ ਫਾਈਨਲੀ ਪਹੁੰਚ ਹੀ ਗਏ ਅੰਮੀ ਦੇ ਵਿਆਹ ਤੇ ਜਸਟ ਫਿਰ ਕੰਪਲੀਟ ਕਰਕੇ ਆਇਆ ਵੀ ਇੱਥੇ ਹੁਣ ਬਸ ਅੱਗੇ ਇੱਥੇ ਦਿਖਾਉਂਦੇ ਆ ਕਿਵੇਂ ਰਿਹਾ ਸਾਰਾ ਦਿਨ ਬਾਕੀ ਸਾਰੇ ਜਾਣੇ ਖੜੇ ਆ ਇਹ ਵੀ ਸਭ ਵੇਟ ਹੀ ਕਰ ਰਹੇ ਆ ਹੁਣ ਸੈੱਟ ਸੁੱਟ ਹੋ ਗਏ ਫਿਰ ਨੱਚਦੇ ਆ ਸਾਰੇ ਜਾਣੇ ਕਰਾਂਗੇ ਤੇਰੇ ਨਾਲ ਦੇ ਕਿੱਲਾ ਕੁੜੀਆਂ ਕਰਾਂਗੀ ਤੇਰੇ
हाँ जी, तो फाइनली अम्मी के विआह तो बाद हुण चले आ, ऑलमोस्ट डन हो ही गया, रोटी रूटी खाण लगे सीगे। और फिर मैं जी किवें रहा विआह? बहुत वधिया जी, हुण अगले विआह ते चले आ। अगले ब्लॉग।